ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਾਡੇ ਚੈਨਲ ਅਸਲੀ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਉਸ ਕਲਾਕਾਰ ਦੀ ਜ਼ਿੰਦਗੀ ਬਾਰੇ ਦੱਸਾਂਗੇ ਜਿਸ ਨੂੰ ਸਟੇਜਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ, ਜਿਸ ਸਿੰਗਰ ਦੇ ਗੁਰਦਾਸ ਮਾਨ ਵੀ ਪੈਰੀ ਹੱਥ ਲਾਉਂਦੇ ਨੇ। ਅਸੀਂ ਗੱਲ ਕਰ ਰਹੇ ਹਾਂ ਉਸਤਾਦ ਲਾਭ ਹੀਰਾ ਜੀ ਦੀ। ਲਾਭ ਹੀਰਾ ਜੀ ਅੱਜ ਉਸ ਮੁਕਾਮ 'ਤੇ ਨੇ ਜਿੱਥੇ ਹਰ ਕੋਈ ਪੰਜਾਬੀ ਸਿੰਗਰ ਪਹੁੰਚਣਾ ਚਾਹੁੰਦਾ ਹੈ, ਪਰ ਇਹ ਸਫਲਤਾ ਲਾਭ ਹੀਰਾ ਜੀ ਨੂੰ ਬਹੁਤ ਔਖੀ ਮਿਲੀ ਹੈ। ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਹੋਣ ਦੇ ਬਾਵਜੂਦ ਇਹ ਪੰਜਾਬੀ ਸਿੰਗਰ ਬਹੁਤ ਵੱਡੇ ਮੁਕਾਮ ਹਾਸਲ ਕਰ ਗਿਆ। ਆਓ ਮਾਰਦੇ ਹਾਂ ਇਹਨਾਂ ਦੀ ਬਾਇਓਗ੍ਰਾਫੀ 'ਤੇ ਇੱਕ ਝਾਤ। ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਅਸਲੀ ਪੰਜਾਬੀ 'ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਵਾਲਾ ਬਟਨ ਵੀ ਦੱਬ ਦਿਓ ਤਾਂ ਜੋ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਚਲੋ ਜੀ ਸ਼ੁਰੂ ਕਰਦੇ ਹਾਂ। ਦੋਸਤੋ, ਲਾਭ ਹੀਰੇ ਦਾ ਜਨਮ ਪਿੰਡ ਚਾਣਕ ਤਹਿਸੀਲ ਬੁਢਲਾਡਾ ਅਤੇ ਜ਼ਿਲ੍ਹਾ ਮਾਨਸਾ ਪੰਜਾਬ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਭਜਨ ਸਿੰਘ ਅਤੇ ਉਹਨਾਂ ਦੀ ਮਾਤਾ ਦਾ ਨਾਮ ਬੀਰੋ ਕੌਰ ਹੈ। ਲਾਭ ਹੀਰਾ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਉਹ ਜਦ ਬਚਪਨ ਵਿੱਚ ਬੱਕਰੀਆਂ ਚਰਾਉਂਦੇ ਸੀ ਤਾਂ ਉੱਥੇ ਹੀ ਆਪਣੇ ਗਾਉਣ ਦਾ ਰਿਆਜ਼ ਵੀ ਕਰਦੇ ਰਹਿੰਦੇ ਸੀ। ਦੋਸਤੋ, ਬਚਪਨ ਦਾ ਨਾਮ ਤਾਂ ਲਾਭ ਹੀ ਸੀ, ਪਰ ਮਾਸਟਰ ਨੇ ਸਰੀਲਾ ਹੋਣ ਕਾਰਨ ਉਹਨਾਂ ਦੇ ਨਾਮ ਦੇ ਪਿੱਛੇ ਹੀਰਾ ਲਗਾ ਦਿੱਤਾ। ਜੇਕਰ ਲਾਭ ਹੀਰਾ ਜੀ ਦੀ ਪੜ੍ਹਾਈ ਬਾਰੇ ਗੱਲ ਕਰੀ ਤਾਂ ਉਹਨਾਂ ਨੇ ਆਪਣੀ ਪੜ੍ਹਾਈ ਆਪਣੇ ਪਿੰਡ ਦੇ ਸਰਕਾਰੀ ਸਕੂਲ ਚਾਣਕ ਤੋਂ ਹੀ ਪੂਰੀ ਕੀਤੀ। ਉਹਨਾਂ ਨੇ ਆਪਣੀ 12ਵੀਂ ਦੀ ਪੜ੍ਹਾਈ ਭੀਖੀ ਨੈਸ਼ਨਲ ਕਾਲਜ ਤੋਂ ਪੂਰੀ ਕੀਤੀ ਅਤੇ ਉਹ ਕਾਲਜ ਵਿੱਚ ਹੋਣ ਵਾਲੇ ਸਾਰੇ ਸਿੰਗਿੰਗ ਮੁਕਾਬਲਿਆਂ ਵਿੱਚ ਭਾਗ ਵੀ ਲੈਂਦੇ ਰਹੇ ਅਤੇ ਉਹਨਾਂ ਨੇ ਕਾਲਜ ਨੂੰ ਬਹੁਤ ਸਾਰੇ ਇਨਾਮ ਵੀ ਜਿਤਾਏ। ਜੇਕਰ ਲਾਭ ਹੀਰੇ ਦੇ ਸੰਘਰਸ਼ ਬਾਰੇ ਗੱਲ ਕਰੀਏ ਤਾਂ ਜਦੋਂ ਉਹ ਬੁਢਲਾਡਾ ਵਿਖੇ ਰਹਿੰਦੇ ਸੀ ਤਾਂ ਉਹਨਾਂ ਕੋਲ ਕਮਰੇ ਦੇ ਕਿਰਾਏ ਲਈ 60 ਰੁਪਏ ਵੀ ਨਹੀਂ ਸੀ, ਪਰ ਉਹਨਾਂ ਨੇ ਕਦੇ ਹਿੰਮਤ ਨਹੀਂ ਹਾਰੀ। ਉਹਨਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ। ਲਾਭ ਹੀਰਾ ਜੀ ਕਹਿੰਦੇ ਨੇ ਕਿ ਅਜਿਹਾ ਕੋਈ ਪਿੰਡ ਨਹੀਂ ਜਿੱਥੇ ਉਹਨਾਂ ਨੇ ਪਰਫਾਰਮ ਨਹੀਂ ਕੀਤਾ। ਉਹਨਾਂ ਨੇ ਬਚਪਨ ਵਿੱਚ ਪੀਪਿਆਂ ਨੂੰ ਹੀ ਢੋਲਕਿਆਂ ਦੀ ਤਰ੍ਹਾਂ ਕੁੱਟਿਆ ਅਤੇ ਆਪਣਾ ਰਾਸਤਾ ਨਹੀਂ ਬਦਲਿਆ ਅਤੇ ਮਿਹਨਤ ਜਾਰੀ ਰੱਖੀ। ਜੇਕਰ ਲਾਭ ਹੀਰਾ ਜੀ ਦੇ ਉਸਤਾਦ ਦੀ ਗੱਲ ਕਰੀਏ ਤਾਂ ਉਹਨਾਂ ਦੇ ਉਸਤਾਦ ਦਾ ਨਾਮ ਦਿਲਬਰ ਸਿੰਘ ਦਿਲਬਰ ਹੈ, ਜਿਨ੍ਹਾਂ ਨੇ ਲਾਭ ਹੀਰੇ ਨੂੰ ਗਾਉਣ ਦੀਆਂ ਤਰਜੀਹਾਂ ਦਿੱਤੀਆਂ। ਲਾਭ ਹੀਰਾ ਦੀ ਪਹਿਲੀ ਐਲਬਮ ਆਨੰਦ ਮਿਊਜ਼ਿਕ ਕੰਪਨੀ ਦੀ ਪੇਸ਼ਕਸ਼ ਸੀ। ਉਹਨਾਂ ਨੇ ਲਾਭ ਹੀਰਾ ਨੂੰ ਕਿਤੇ ਲਾਈਵ ਗਾਉਂਦੇ ਵੇਖਿਆ ਤਾਂ ਬਹੁਤ ਖੁਸ਼ ਹੋਏ ਅਤੇ ਲਾਭ ਹੀਰੇ ਨੂੰ ਆਪਣੀ ਕੰਪਨੀ ਵਿੱਚ ਕੈਸਟ ਕਰਾਉਣ ਲਈ ਕਿਹਾ। ਉਹਨਾਂ ਦੀ ਕੈਸਟ ਦਾ ਇੱਕ ਗੀਤ ਖੜੀ ਸਟੇਸ਼ਨ 'ਤੇ ਰਹਿ ਗਈ, ਆਪ ਤੋਂ ਗੱਡੀ ਚੜ੍ਹ ਗਿਆ ਵੇ ਬਹੁਤ ਸੁਪਰਹਿੱਟ ਹੋਇਆ। ਫਿਰ ਤਾਂ ਲਾਭ ਹੀਰਾ ਲਾਭ ਹੀਰਾ ਹੋ ਗਈ। ਜੇਕਰ ਲਾਭ ਹੀਰੇ ਦੇ ਹਿੱਟ ਗੀਤਾਂ ਦੀ ਗੱਲ ਕਰੀ ਤਾਂ ਉਸ ਵਿੱਚ ਨਾਵੇ ਸੱਜਣਾ ਨਾ, ਪੁੱਤ ਜੋਗੀਆਂ ਦੇ, ਦਾਰੂ ਦੀ ਕਰਤੂਤ ਅਤੇ ਹੋਰ ਵੀ ਬਹੁਤ ਸਾਰੇ ਹਿੱਟ ਗੀਤ ਸਨ। ਹਾਲ ਹੀ ਵਿੱਚ ਪਿੱਛੇ ਜੇ ਲਾਭ ਹੀਰਾ ਜੀ ਦਾਦੀ ਬਜੰਡੂ ਅਤੇ ਕਰਨ ਔਜਲੇ ਨਾਲ ਗੀਤ ਗੋਲੀ ਆਇਆ ਸੀ ਜੋ ਕਿ ਬਹੁਤ ਹਿੱਟ ਰਿਹਾ ਸੀ ਅਤੇ ਹੁਣ ਆਰਨੇਤ ਨਾਲ ਵੀ ਲਾਭ ਹੀਰੇ ਦਾ ਗੀਤ ਆਇਆ ਹੈ। ਤੁਸੀਂ ਉਸਨੂੰ ਯੂਟਿਊਬ 'ਤੇ ਜਾ ਕੇ ਵੇਖ ਸਕਦੇ ਹੋ। ਦੋਸਤੋ, ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ।